ਜਿਹੜਾ ਪਾਣੀ ਵਾਲੀ ਟੈਂਕੀ, ਕਿਉਂਕਿ ਬਹੁਤ ਛੋਟਾ ਪਿੰਡ ਹੈ, ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉੱਧਰੋਂ ਉਹਨਾਂ ਨੂੰ ਆਉਂਦੀ ਹੈ, ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਦੇ ਹਾਂ। ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟੇ ਹਾਂ, ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਸਾਂਝ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ, ਔਰ CM ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ, ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ, ਅਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ। ਬਿਲਕੁਲ, ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ, ਪਿੰਡ ਦੀ ਇਕਾਈ ਲਈ ਬਹੁਤ ਛੋਟੀ ਇਲੈਕਸ਼ਨ ਹੈ, ਅਤੇ ਮੈਂ ਤਾਂ ਈਵਨ ਇਹਨਾਂ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ 'ਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਅਤੇ ਨਾ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਭਾਈਚਾਰਕ ਸਾਂਝ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ, ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ, ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਜ਼ ਲੈ ਕੇ ਜਿਹੜਾ ਉਹ ਕੰਮ ਕਰਨ, ਅਤੇ ਇਸ ਇਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਹੈ, ਅਸੀਂ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ, ਔਰ ਇਸ ਇਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ, ਕਿਉਂਕਿ ਜੇ ਮੈਂ ਗੱਲ ਕਰਾਂ ਤਾਂ MP ਟਾਈਮ ਵੀ ਜਦੋਂ 2 ਵਾਰ ਇੱਥੋਂ MP ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਇਆ ਦੇਵਾਂਗੇ, ਸੋ MP ਲੈਣ ਦਾ ਬੜਾ ਲਿਮਿਟਡ ਜਿਹਾ ਫੰਡ ਹੁੰਦਾ, ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ, ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਹੈ ਕਿ ਸਾਡਾ ਭਾਈਚਾਰਾ ਜਿਹੜਾ ਕਾਇਮ ਰਹੇ ਉਹਦੇ ਲਈ, ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ, ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ, ਜਾਂ ਉਹਨਾਂ ਨੂੰ ਕੋਈ ਮੁਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ, ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਹੈ, ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ, ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਹੈ ਉਹਨਾਂ ਦੀ, ਔਰ ਪਿੰਡਾਂ ਵਾਲੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕਾਇਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦਾ ਜਿਹੜੇ ਕੁਝ ਚੀਜ਼ਾਂ ਉਹਨੇ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਨਹੀਂ ਹੈਗੀ, ਕੋਈ ਹੋਰ ਡਿਸਪੈਂਸਰੀ ਵਗੈਰਾ ਸਹੂਲਤਾਂ ਨਹੀਂ ਹੈਗੀਆਂ, ਕਿਵੇਂ ਦੇਖਦੇ? ਜਿਹੜਾ ਪਾਣੀ ਵਾਲੀ ਟੈਂਕੀ, ਕਿਉਂਕਿ ਬਹੁਤ ਛੋਟਾ ਪਿੰਡ ਹੈ, ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉੱਧਰੋਂ ਉਹਨਾਂ ਨੂੰ ਆਉਂਦੀ ਹੈ, ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਦੇ ਹਾਂ। ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟੇ ਹਾਂ, ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਸਾਂਝ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ, ਔਰ CM ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ, ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ, ਅਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ। ਜਿਹੜਾ ਪਾਣੀ ਵਾਲੀ ਟੈਂਕੀ, ਕਿਉਂਕਿ ਬਹੁਤ ਛੋਟਾ ਪਿੰਡ ਹੈ, ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉੱਧਰੋਂ ਉਹਨਾਂ ਨੂੰ ਆਉਂਦੀ ਹੈ, ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਦੇ ਹਾਂ। ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟੇ ਹਾਂ, ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਸਾਂਝ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ, ਔਰ CM ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ, ਇਸ ਵਾਰ ਵੀ ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਉਂਗੀ, ਅਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ। ਬਿਲਕੁਲ, ਪੰਚਾਇਤੀ ਚੋਣਾਂ ਨੇ ਔਰ ਪਿੰਡ ਦੇ ਲਈ, ਪਿੰਡ ਦੀ ਇਕਾਈ ਲਈ ਬਹੁਤ ਛੋਟੀ ਇਲੈਕਸ਼ਨ ਹੈ, ਅਤੇ ਮੈਂ ਤਾਂ ਈਵਨ ਇਹਨਾਂ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਕਿਸੇ ਰਾਜਨੀਤਿਕ ਪਾਰਟੀ ਦਾ ਕਿਸੇ ਜਾਂ ਲੀਡਰ ਦੀ ਇਹਦੇ 'ਚ ਵਾਲੀ ਇਨਵੋਲਵਮੈਂਟ ਜਿਹੜੀ ਹੁੰਦੀ ਨਹੀਂ ਅਤੇ ਨਾ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਭਾਈਚਾਰਕ ਸਾਂਝ ਦੀ ਜਿਹੜੀ ਇਹ ਜਿਹੜੀ ਚੋਣ ਹੁੰਦੀ ਹੈ,
ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਨਵੇਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਸ ਇਲੈਕਸ਼ਨ ਦੇ ਵਿੱਚ ਆਉਣ ਔਰ ਆਪਣੇ ਪਿੰਡ ਦੇ ਲਈ, ਆਪਣੇ ਇਲਾਕੇ ਦੀ ਤਰੱਕੀ ਦੇ ਲਈ ਨਵੇਂ ਆਈਡੀਆਜ਼ ਲੈ ਕੇ ਜਿਹੜਾ ਉਹ ਕੰਮ ਕਰਨ ਅਤੇ ਇਸ ਇਲੈਕਸ਼ਨ ਦੇ ਲਈ ਜਿਹੜੀ ਬਾਕੀ ਸਰਕਾਰ ਦੀ ਜਿਹੜੀ ਸਾਰੀ ਤਿਆਰੀ ਆ, ਅਸੀਂ ਇਲੈਕਸ਼ਨ ਕਰਾਉਣ ਦੇ ਲਈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਔਰ ਇਸ ਇਲੈਕਸ਼ਨ ਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ, ਕਿਉਂਕਿ ਜੇ ਮੈਂ ਗੱਲ ਕਰਾਂ ਤਾਂ MP ਟਾਈਮ ਵੀ ਜਦੋਂ ਦੋ ਵਾਰ ਇੱਥੋਂ MP ਚੁਣੇ ਗਏ ਨੇ ਤਾਂ ਉਸ ਟਾਈਮ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਸਰਪੰਚ ਹੋਣਗੇ ਤਾਂ ਉਹਨਾਂ ਨੂੰ ਅਸੀਂ 5 ਲੱਖ ਰੁਪਇਆ ਦੇਵਾਂਗੇ। ਸੋ MP ਲੈਣ ਦਾ ਬੜਾ ਲਿਮਿਟਡ ਜਿਹਾ ਫੰਡ ਹੁੰਦਾ, ਪਰ ਉਹਨਾਂ ਨੇ ਉਸ ਟਾਈਮ ਵੀ ਉਹ ਚੀਜ਼ ਕੀਤੀ ਔਰ ਉਹਨਾਂ ਪਿੰਡਾਂ 'ਚ ਫੰਡ ਦਿੱਤੇ। ਸੋ ਹੁਣ ਅੱਜ ਉਹ ਮੁੱਖ ਮੰਤਰੀ ਨੇ, ਬਤੌਰ ਮੁੱਖ ਮੰਤਰੀ ਉਹਨਾਂ ਨੇ ਜਿਹੜੀ ਪਹਿਲ ਦਿਖਾਈ ਆ ਕਿ ਸਾਡਾ ਭਾਈਚਾਰਾ ਜਿਹੜਾ ਕਾਇਮ ਰਹੇ ਉਹਦੇ ਲਈ, ਚਾਹੇ 5 ਲੱਖ ਰੁਪਏ ਦੀ ਨਗਦ ਰਾਸ਼ੀ ਦੀ ਗੱਲ ਕਰੀਏ, ਚਾਹੇ ਕੋਈ ਜਿਹੜਾ ਖੇਡ ਸਟੇਡੀਅਮ ਹੈ, ਜਾਂ ਉਹਨਾਂ ਨੂੰ ਕੋਈ ਮੁਹੱਲਾ ਕਲੀਨਿਕ ਦੇ ਵਿੱਚ ਪਹਿਲ ਦੀ ਗੱਲ ਕਰ ਲਈਏ, ਜਾਂ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਕੋਈ ਜਿਹੜੀ ਦਿੱਕਤ ਆ, ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਆ। ਸੋ ਇੱਕ ਵੱਡੀ ਜਿਹੜੀ ਮੈਂ ਕਹੂੰਗੀ ਕਿ ਇੱਕ ਸੋਚ ਆ ਉਹਨਾਂ ਦੀ ਔਰ ਪਿੰਡਾਂ ਵਾਲੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਜਿਹੜਾ ਕਾਇਮ ਕਰਦੇ ਹੋਏ ਜ਼ਰੂਰ ਜਿਹੜਾ ਸਰਕਾਰ ਦਾ ਜਿਹੜੇ ਕੁਝ ਚੀਜ਼ਾਂ ਉਹਨੇ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਨਹੀਂ ਹੈਗੀ, ਕੋਈ ਹੋਰ ਡਿਸਪੈਂਸਰੀ ਵਗੈਰਾ ਉਹ ਸਹੂਲਤਾਂ ਨਹੀਂ ਹੈਗੀਆਂ, ਕਿਵੇਂ ਦੇਖ ਰਹੇ? ਜਿਹੜਾ ਪਾਣੀ ਵਾਲੀ ਟੈਂਕੀ, ਕਿਉਂਕਿ ਬਹੁਤ ਛੋਟਾ ਪਿੰਡ ਹੈ, ਸੋ ਉਹਨਾਂ ਨੂੰ ਜਿਹੜਾ ਨਾਲ ਵਾਲੇ ਪਿੰਡ ਤੋਂ ਜਿਹੜੇ ਵਾਟਰ ਸਪਲਾਈ ਜਿਹੜੀ ਉੱਧਰੋਂ ਉਹਨਾਂ ਨੂੰ ਆਉਂਦੀ ਹੈ, ਫਿਰ ਵੀ ਜਿੱਥੇ ਕਿਤੇ ਦਿੱਕਤ ਹੁੰਦੀ ਹੈ ਸੋ ਉਹਨਾਂ ਨੂੰ ਅਸੀਂ ਫੰਡ ਦਿੰਦੇ ਹਾਂ। ਹੁਣ ਵੀ ਮੈਂ ਉਹਨਾਂ ਨੂੰ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਫੰਡ ਅਸੀਂ ਦੇ ਕੇ ਹਟਿਆ ਔਰ ਜਿਸ ਤਰੀਕੇ ਨਾਲ ਉਹ ਭਾਈਚਾਰਕ ਕਿਸਾਨ ਦਾ ਜਿਹੜਾ ਸਬੂਤ ਦਿੰਦੇ ਆ ਰਹੇ ਨੇ ਔਰ CM ਸਾਹਿਬ ਦੇ ਐਲਾਨ ਤੋਂ ਬਾਅਦ ਮੈਂ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨਾਲ ਵਾਅਦਾ ਕਰਦੀ ਹਾਂ ਕਿ ਉਹ ਸਰਬਸੰਮਤੀ ਕਰਨ ਇਸ ਵਾਰ ਵੀ, ਮੈਂ ਆਪ ਉਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਊਂਗੀ ਅਤੇ ਜਿਹੜੇ ਉਹਨਾਂ ਦੇ ਪਿੰਡ ਦੇ ਜਿਹੜੇ ਕੰਮ ਨੇ ਜਿਹੜੇ ਕੋਈ ਅਧੂਰੇ ਨੇ ਉਹਨਾਂ ਕੰਮਾਂ ਲਈ ਵੀ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ।